ਦੀਵਾਲੀ ਆਉਣ ਤੋਂ ਪਹਿਲਾਂ ਹੀ ਕੈਨੇਡਾ ਵਿੱਚ ਭਾਰਤੀ ਨੌਜਵਾਨਾਂ ਨਾਲ ਜੁੜੀ ਖਬਰ ਸਾਹਮਣੇ ਆਈ ਬ੍ਰੈਂਪਟਨ ਦੇ ਚਰਚਿਤ ਸ਼ਾਦਨ ਪਲਾਜ਼ਾ ਵਿੱਚ ਰੌਲਾ ਰੱਪਾ ਪੈਣ ਦੀ ਇਤਲਾ ਮਿਲਣ ਤੇ ਪੁਜੀ ਪੀਲ ਅਰੀਜਨਲ ਪੁਲਿਸ ਵੱਲੋਂ ਇੱਕ ਜੀਪ ਵਿੱਚ ਸਵਾਰ ਪੰਜਾਬੀ ਨੌਜਵਾਨਾਂ ਨੂੰ ਬਾਹਰ ਆਉਣ ਦੇ ਹਦਾਇਤ ਦਿੱਤੀ ਗਈ ਪਰ ਉਹ ਹਦਾਇਤ ਨਾ ਮੰਨਣ ਦੀ ਬਜਾਏ ਜੀਪ ਭਜਾ ਕੇ ਲੈ ਗਏ ਇਹ ਘਟਨਾ ਸ਼ੈਡਨ ਪਲਾਜ਼ਾ ਤੇ ਵਾਪਰੀਆਂ ਉਹਨਾਂ ਘਟਨਾਵਾਂ ਨੂੰ ਚੇਤੇ ਕਰਵਾ ਗਈ ਜੋ ਬੀਤੇ ਸਮੇਂ ਦੌਰਾਨ ਇੱਥੇ ਵਾਪਰੀਆਂ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਵਾਲੇ ਖੜੇ ਦੇਖਦੇ ਰਹਿ ਗਏ ਤੇ ਪੰਜਾਬ ਵਾਲੇ ਮਾਹੌਲ ਦੀ ਤਰਜ਼ ਤੇ ਜੀਪ ਵਿੱਚ ਸਵਾਰ ਨੌਜਵਾਨ ਫਰਾਰ ਹੋ ਗਏ ਹਾਲਾਂਕਿ ਇਹਨਾਂ ਨੂੰ ਕਾਬੂ ਕਰਨ ਵਿੱਚ ਪੁਲਿਸ ਨੂੰ ਬਹੁਤ ਹੀ ਦਿੱਕਤ ਨਹੀਂ ਆਈ ਪਰ ਹਾਲਾਤ ਦੀ ਗੰਭੀਰਤਾ ਜਿਹੜੀ ਹੈ ਬਹੁਤ ਕੁਝ ਬਿਆਨ ਕਰ ਰਹੀ ਹੈ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਵੱਡੀ ਗਿਣਤੀ ਵਿੱਚ ਨੌਜਵਾਨ ਆਲੇ ਦੁਆਲੇ ਖੜੇ ਰਿਕਾਰਡਿੰਗ ਕਰ ਰਹੇ ਨੇ ਫਿਲਹਾਲ ਜੀਪ ਸਵਾਰ ਨੌਜਵਾਨਾਂ ਦੇ ਕਸੂਰ ਬਾਰੇ ਪਤਾ ਨਹੀਂ ਲੱਗ ਸਕਿਆ